ਹੜੇ ਬਾਈ ਸਾਡੇ ਤਾਂ ਹੜੇ ਆ ਗਏ ਸਾਰੇ ਖੇਡਾਂ ਦੇ ਸਾਰੇ ਕੋਈ ਮੌਸਮ ਹੋ ਗਿਆ ਬਾਈ ਬਹੁਤ ਖਰਾਬ ਤੇ ਨਾਲ ਹਨੇਰੀ ਕੁਛ ਵੀ ਕਰ ਸਕਦਾ ਇਹ ਲੋ ਜੀ ਬਾਈ ਪੂਰੀ ਕਿਆ ਕਹੂਗਾ ਪ੍ਰਧਾਨ ਪ੍ਰਧਾਨ ਗਾਲਾਂ ਕੱਢ ਗਿਆ ਪਿੱਛੇ ਤੇ ਜਾਏ ਜਦ ਮੈਂ ਬੁਲਾਉਂਦਾ ਜਦ ਆਉਂਦੇ ਨੀ ਮੇਰੇ ਪਿੱਛੇ ਤੇ ਦੌੜ ਲਾ ਗਈ ਆ ਦੇਖੋ ਬਾਈ ਪ੍ਰਧਾਨ ਦੀ ਜੀ ਦੀ ਲੱਗੀ ਵੀ ਛੱਬੀ ਹੈ ਪੂਰੀ ਵਿੱਚ ਵਿੱਚ ਕਿੰਨਾ ਬੁੱਝਾ ਕਰ ਲਿਆ ਵਿੱਚ ਵਿੱਚ ਘੱਟ ਨਾ ਇਹ ਕਿਤੇ ਕਿਤੇ ਤਲੀ ਤੁਲੀ ਰਹਿ ਜਾਂਦੀ ਆ ਰੇਹ ਘੱਟ ਵੱਧ ਮੁੱਠੀ ਗਿਰ ਜਾਂਦਾ ਹਵਾ ਚੌਂਤੀ ਦਿਖਾ ਤੂੰ ਜਿਹੜੀ ਲਾਈ ਵੀ ਆ ਹਵਾ ਚੌਂਤੀ ਦੇਖਣੀ ਅਸੀਂ ਕਿਹੋ ਜਿਹੀ ਹੈ ਲਓ ਜੀ ਬਾਈ ਮੀਂਹ ਵਾਲੇ ਦੀ ਵੀ ਕਿਰਪਾ ਹੋ ਗਈ ਤੜਕੇ ਤੜਕੇ ਮੋਰਨਿੰਗ ਟਾਈਮ ਮੀਂਹ ਆ ਗਿਆ ਕਹਿੰਦੇ ਤੇ ਮੀਂਹ ਨਹੀਂ ਪੈਂਦਾ ਮੀਂਹ ਨਹੀਂ ਪੈਂਦਾ ਹੋ ਗਈ ਕਿਰਪਾ ਬਾਈ ਮੋਰਨਿੰਗ ਟਾਈਮ ਹੈ ਸਵੇਰ ਪਰ ਵਾਲੇ ਖੇਤਾਂ 'ਚ ਜਾਏ ਬੇਟੇ ਸ਼ੈੱਡ ਦਾ ਫਾਇਦਾ ਹੋ ਗਿਆ ਬਾਈ 10 ਮਿੰਟ ਸ਼ੈੱਡ ਥੱਲੇ ਬੈਠੇ ਹੈ ਅਤੇ ਪਾਪਾ ਜੀ ਵਾਲੀ ਛਤਰੀ ਮਿਲ ਗਈ ਉੱਥੇ ਅਤੇ ਜਿੰਨੇ ਕੁ ਮੀਂਹ ਦੀ ਲੋੜ ਸੀ ਬਾਈ ਉਨਾ ਕੁ ਪੈ ਗਿਆ ਬਹੁਤਾ ਜ਼ਿਆਦਾ ਨਹੀਂ ਹੈਗਾ ਨੋਰਮਲ ਜਿਹਾ ਮੀਂਹ ਹੈ ਪਰ ਇੰਨੇ ਕੁ ਮੀਂਹ ਨਹੀਂ ਬਾਈ ਜਿਹੜੇ ਮਾੜੇ ਮੋਟੇ ਧਾਨ ਖਾਲੀ ਹੈ ਜਾਂ ਜਿਹੜੇ ਇੱਧਰ ਜੀਵ ਜੰਤੂ ਆ ਦਰੱਖਤ ਆ ਬਾਈ ਹਰੇਕ ਚੀਜ਼ ਨੂੰ ਲੋੜ ਸੀ ਮੀਂਹ ਦੀ ਸਭ ਦੀ ਘਾਟ ਪੂਰੀ ਹੋ ਜਾਣੀ ਹਲੇ ਬੰਦਿਆਂ ਦਾ ਸਰੀ ਜਾਂਦਾ ਬਾਈ ਜੀਵ ਜੰਤੂ ਦਾ ਬਹੁਤ ਔਖਾ ਹੈ ਬੰਦਾ ਰਹੇ ਸੀ ਲੈ ਕੇ ਬੈਠ ਵੀ ਜਾਂਦਾ ਹੈ ਉਹਨਾਂ ਨੂੰ ਲੋੜ ਸੀ ਬਾਈ ਪੈ ਗਿਆ ਮੀਂਹ ਅਤੇ 3 ਦਿਨ ਹੋ ਗਏ ਬਾਈ ਆ ਜੀਰੀ ਲੱਗੀ ਨੂੰ ਅਤੇ ਡੱਕੇ ਨੇ ਮਾੜਾ ਜਿਹਾ ਸਿੱਧਾ ਜਿਹਾ ਹੋ ਗਿਆ ਬਾਈ ਜੜ ਜੀ ਲੋਟ ਕਰ ਲਈ ਆਪਣੀ ਲਓ ਜੀ ਬਾਈ ਪਿੰਡ ਵਾਲੀ ਮੋਟਰ 'ਤੇ ਆ ਗਏ ਅਤੇ ਦੂਏ ਵਾਰ ਨੱਕੇ ਨੁੱਕੇ ਦੇਖ ਕੇ ਬਾਈ ਸਿਸਟਮ ਸਾਰਾ ਸੈੱਟ ਆ ਉੱਥੇ ਹੁਣ ਪਿੰਡ ਵਾਲੀ ਮੋਟਰ 'ਤੇ ਵੀ ਬਾਈ ਪਾਣੀ ਪੂਰਾ ਹੋ ਗਿਆ ਨਾ ਆਹ ਜਿਹੜੇ ਦਰੱਖਤਾਂ ਨੂੰ ਪਾਣੀ ਦੀ ਲੋੜ ਸੀ ਬਾਈ ਦੇਖੋ ਐਨ ਧੋ 'ਤੇ ਉੱਪਰ 'ਤੇ ਦੇਖੋ ਹੁਣ ਜਾਮਣਾ ਜੁੰਮਣਾ ਜਿਹੜੇ ਅੰਬੀਆਂ ਉਂਬੀਆਂ ਬਾਈ ਇਹ ਹੁਣ ਪੱਕਣਾ ਇਹਨਾਂ ਨੇ ਇਹ ਵੀ ਬਾਈ ਕਦੋਂ ਦੀ ਵੇਟ ਕਰਦੇ ਤੇ ਵੀ ਮੀਂਹ ਕਦ ਪਵੇ ਬਾਕੀ ਤੁਸੀਂ ਦੇਖ ਸਕਦੇ ਬਾਈ ਮੌਸਮ ਇੱਦਾਂ ਦਾ ਹੈ ਠੰਡਾ ਠਾਰ ਕਰਤਾ ਰੱਬ ਨੇ ਬਾਈ ਕੱਲ੍ਹ ਲੱਗੀ ਆਪਣੀ ਜੀਰੀ ਕੱਲ੍ਹ ਵੀ ਬੱਦਲ ਬਾਈ ਰਹੀ ਰਾਤ ਠੰਡਾ ਰਿਹਾ ਅੱਜ ਦਿਨ ਮਾ ਠੰਡਾ ਰਿਹਾ ਇਹਨੇ ਹਰੀਓ ਰਹਿਣਾ ਬਾਈ ਜਿੱਦਾਂ ਲਾਈ ਉੱਦਾਂ ਹੀ ਚੱਲ ਪੈਣਾ ਸੁੱਕਣ ਇਹਨੂੰ ਜਮ੍ਹਾਂ ਟਾਈਮ ਨਹੀਂ ਮਿਲਣੀ ਬਾਈ 1 ਵਜੇ ਧੁੱਪ ਕੇ ਸੁੱਕ ਜਾਵੇ ਨਾ ਜੀਰੀ ਅਤੇ ਖੜਕੇ ਚੱਲਦੀ ਹੈ ਇਹਨੂੰ ਉਹ ਟਾਈਮ ਮਿਲੇ ਹੀ ਨਹੀਂ ਹੈਗਾ ਬਾਈ ਇਹ ਠੰਡੇ ਮੌਸਮਾਂ ਲੱਗ ਗਈ ਅਤੇ ਫੁੱਲ ਕਾਮਯਾਬ ਹੈ ਆਹ ਟਾਈਮਾਂ ਵੀ ਲੱਗ ਜਾਵੇ ਨਾ ਬਾਈ ਜਿਹੜੀ ਹਾਈਬ੍ਰਿਡ ਬੀਜ ਹੈ ਤਾਂ ਝਾੜ ਸਹੀ ਦਿੰਦੀ ਹੈ ਜਿਹੜੀਆਂ ਗੇਤੀਆਂ ਲਾ ਦਿੰਦੇ ਆ ਥੋੜ੍ਹਾ ਜਿਹਾ ਝਾੜ ਤੋਂ ਫਰਕ ਪੈ ਜਾਂਦਾ ਲਓ ਜੀ ਬਾਈ ਮੀਂਹ ਦਾ ਕਹਿਰ ਦੇਖੋ ਗਲੀਆਂ 'ਚ ਵੀ ਕਿਹੜੇ ਹਿਸਾਬ ਨਾਲ ਪਾਣੀ ਹੈ ਰੋੜੀ ਲੰਘ ਜੂਗਾ ਲੰਘ ਜੂਗਾ ਫੜੀਦਾ ਬੰਦੇ ਨਾ ਹੋ ਜਾਵੇ ਕਿਤੇ ਦੇਖਾ ਦੇਖ ਕੇ ਲਗਾਉਣਾ ਪੈਣਾ ਲਓ ਜੀ ਬਾਈ ਮੀਂਹ ਪੈਣ ਤੋਂ ਬਾਅਦ ਮਾ ਭੈਣੀ ਪਿੰਡ ਜਾਏ ਭੂਰੀ ਬਾਈ ਦੇ ਖੇਤਾਂ 'ਚ ਹਾਂ ਵੀ ਭੂਰੀ ਬਾਈ ਸਤਿ ਸ਼੍ਰੀ ਅਕਾਲ ਜੀ ਕਿਵੇਂ ਰਿਹਾ ਸਿਸਟਮ ਠੀਕ ਹੈ ਜੀ ਠੀਕ ਹੈ ਰਿਹਾ ਮੀਂਹ ਹਾਂ ਮੀਂਹ ਵਧੀਆ ਰਿਹਾ ਇੰਨਾ ਕੇ ਚਾਹੀਦਾ ਮਤਲਬ ਗੰਨਿਆਂ ਗੁੰਨਿਆਂ ਨੂੰ ਫਾਇਦਾ ਹੋ ਗਿਆ ਚਰੀਆਂ ਬਾਜਰੇ ਨੂੰ ਚਰੀਆਂ ਬਾਜਰੇ ਸਾਰਿਆਂ ਨੂੰ ਫਾਇਦਾ ਹੋ ਗਿਆ ਪਪੂਲਰ ਬੂਟੇ ਸਾਰੇ ਹਾਂ ਵੀ ਰੋਟੀ ਆਪਣੇ ਤਾਂ ਗਰਮੀ ਬਹੁਤ ਰੋਟੀ ਰੋਟੀ ਖਾਏ ਆ ਰੋਟੀ ਤਾਂ ਖਾਣੀ ਚਾਹੀਦੇ ਆਲੂ ਵਾਲੇ ਕਚੌਰੀਆਂ ਬਣਾਓ ਕਚੌਰੀਆਂ ਰੋਟੀ ਅੱਜ ਅਜੇ ਠੰਡਾ ਮੌਸਮ ਆ
ਮਹਾਨੇ ਕੱਲ ਸਾਨੂੰ ਵੀ ਲੱਗ ਜੂਗੇ ਜਾ ਕੇ ਕਹਿੰਦੇ ਹੈ ਪੂਰੀ ਬਣਾ ਲਓ ਬਣਾ ਲਓ ਬਾਈ ਆਹ ਲੱਗੇ ਪੂਰੀ ਕਿੰਨੇ ਦਿਨ ਹੋ ਗਏ ਇਹਨੂੰ ਇਹ ਲੱਗੀ ਤੇ ਮਤਲਬ 19 ਨੂੰ ਲੱਗੀ 18 ਨੂੰ 20 ਤਰੀਕ ਦੇ ਨੇੜੇ ਲੱਗੀ ਆ ਬਾਈ ਦੇਖੋ ਐਨ ਫੁੱਲ ਹਰਿਆਈ ਮਾਰਦੀ ਆ ਪੂਰੀ ਆਹ ਸਾਈਡ ਪਾਣੀ ਘੱਟ ਆਉਂਦਾ 18 ਨੂੰ ਸਮਝ ਲੈ ਇਹ ਉਧਰ ਕੱਦੂ ਕਰਤਾ ਉਧਰ ਭਈਏ ਆ ਗਏ 2 ਘੰਟੇ ਚ ਭਈਏ ਲੱਗੇ 15 ਭਈਏ ਦੇ ਇਹ ਹਾਂ ਪੂਰੀ 15 ਭਈਏ ਦੇ ਫਾਂਟਾ ਦੇ ਲੈ ਸਿਰਫ 2 ਫਾਂਟਾ ਹੀ ਪੂਰੀ ਆ ਨਾ 3 ਕੀ ਤਾਂ ਵੀ ਦੇਖ ਲੈ ਵੀ ਡੱਕੇ ਵੀ ਘੱਟ ਮਰੇ ਹਾਂ ਡੱਕੇ ਘੱਟ ਮਰੇ ਹਾਂ ਦਿਖਦੀ ਹੋਆ ਉਹਨਾਂ ਭਈਆਂ ਦੀ ਆਪਣੇ ਲਵਾਈ ਬਹੁਤ ਚੰਗੀ ਹੈ ਜਿਹੜੇ ਉਹ ਫੌਜੀ ਵਾਲੇ ਜਿਹਨਾਂ ਆਪਾਂ ਰਾਤ ਨੂੰ ਗਏ ਤੇ ਉਹਨਾਂ ਲਵਾਈ ਬਹੁਤ ਵਧੀਆ ਉਹਨਾਂ ਦੀ ਲਵਾਈ ਤਾਂ ਪੂਰੀ ਜਿਹੜੇ ਮੇਰੇ ਲਾ ਕੇ ਗਏ ਇਹਨਾਂ ਦੀ ਵੀ ਠੀਕ ਆ ਇਹਨਾਂ ਦੀ ਵੀ ਠੀਕ ਆ ਠੀਕ ਨਹੀਂ ਬਾਕੀ ਬਾਈ ਪੂਰੀ ਨੇ ਬਾਜਰਾ ਬੂਜਰੇ ਨੂੰ ਪਾਣੀ ਪੂਣੀ ਲਾਤਾ ਨਾ ਮੈਂ ਪਾਣੀ ਨਹੀਂ ਲਾਇਆ ਹੁਣ ਤੈਨੂੰ ਪਤਾ ਵੀ ਮੀਂਹ ਪੈਣਾ ਇਹ ਬਾਜਰੇ ਦਾ ਹੋਰ ਆਮਨੇ ਇਹਨੂੰ ਜਿੰਨਾ ਤੂੰ ਸੁੱਕਾ ਰੱਖਦਾ ਉਨਾ ਹੀ ਜ਼ਿਆਦਾ ਤੁਰਦਾ ਜਿੰਨਾ ਤੈਨੂੰ ਪਾਣੀ ਲਾ ਤਾ ਉਹਨਾਂ ਖੜ ਜਾਣਾ ਹੁਣ 4000 ਬਾਜਰੇ ਦੇ ਇਕੱਠਾ ਬੀਜਿਆ ਵਾ ਦਾ ਉਹ ਚਰੀ ਦੇ ਲਾ ਚਰੀਆ ਕਦ ਕਦੇ ਬੜਾ ਹੋਵੇ 3 ਫੁੱਟ ਉੱਪਰ ਚਲੇਗੀ ਉਹ ਕਿਹਦੇ ਕਿਹੜਾ ਪਾਣੀ ਤੇ ਰੁਕਦਾ ਚਰੀ ਮੈਂ ਉਹੀ ਤੈਨੂੰ ਕਹਿੰਦਾ ਕਿੱਥੇ ਗਈ ਇਹ ਦੇ ਲੈ ਕਿੱਥੇ ਰਹਿ ਗਿਆ ਚੱਲ ਪੂਰੀ ਜਾਏ ਆ ਸਾਲਾ ਕੱਖਾਂ ਬਗੈਰ ਵੀ ਬਹੁਤ ਔਖਾ ਏ ਹੁਣ ਤੇਰਾ ਕੱਖਾਂ ਦਾ ਕੀਲਾ ਹੈ ਆ ਦੇਖਾ ਉੱਚੀ ਜੇ ਪਾਸਾ ਆ ਚੜੀ ਖੜੀ ਆ ਨਾਲ ਨਾਲ ਹੁਣ ਤੇਰਾ ਕੀਲਾ ਕੱਖਾਂ ਦਾ ਹੋ ਗਿਆ ਉਹ ਮਰਦਾ ਨਹੀਂ ਹੈਗਾ ਨਾਲੇ ਉਰੇ ਐਂ ਵੀ ਸੁੱਕ ਬੱਕਾ ਰਹਿੰਦਾ ਏ ਉਰੇ ਸੁੱਕ ਜਿਕਰ ਮਾਜੀ ਮੀਂਹਣੀ ਚ ਵੜਲਾ ਖੜਦਾ ਨਹੀਂ ਪਾਣੀ ਉਰੇ ਬਣ ਜਾਂਦਾ ਹੋਰ ਤਾਂ ਆ ਪਹੀ ਨੀਵੀਂ ਜਦੇ ਵੜਦੇ ਹੋਰ ਪਾਣੀ ਇੱਧਰ ਆਉਂਦਾ ਨਹੀਂ ਕਿਤੇ ਤੇ ਬਾਹਰ ਉਹੀ ਚੱਕਰ ਆ ਬਾਕੀ ਬਾਈ ਇਹ ਏਰੀਆ ਚ ਦਾ ਬੂਟਾ ਹੀ ਬੂਟਾ ਏ ਜਦ ਨਦੀ ਆਈ ਦੀ ਉੱਥੇ ਤੇ ਪਾਣੀ ਟੁੱਟੀ ਦੀ ਜਿਆਦਾ ਇੱਥੇ ਨੂੰ ਪਾਣੀ ਗਿਰਦਾ ਚੱਲ ਲਿਆ ਉਹਦਾ ਸੁਰਤਾ ਮੈਂ ਲੰਘ ਲਿਆ ਚੱਲ ਲਿਆ ਖੇਤ ਮਾਂ ਨੂੰ ਚੱਲ ਲਿਆ ਪਾਣੀ ਡਾਕਰ ਬਣੀ ਮੜੀ ਕਿੰਨੀ ਦੀ ਬਈ ਵੀ ਇੱਥੇ ਡਾਕਰ ਬਣੀ ਮੜੀ ਹੋਰ ਚ ਆਪਣੇ ਪਾਣੀ ਨਹੀਂ ਦਾ ਪਿਆ ਚੱਠੇ ਗੋੜ ਦੀ ਲੰਘ ਗਿਆ ਬਚਾਓ ਉਹ ਵੀ ਬਚਾਓ ਬਾਈ ਤਾਂ ਰਹਿ ਗਿਆ ਵੀ ਪਿੱਛੇ ਟੁੱਟ ਗਈ ਹਾਂ ਪਿੱਛੇ ਟੁੱਟ ਜੇ 2-4 ਘੰਟੇ ਹੋਰ ਚੱਲ ਲੈਂਦੀ ਫੇਰ ਪੈ ਜਾਣਾ ਤਾਂ ਇਹ ਪੈ ਗਿਆ ਤਾਂ ਨਹੀਂ ਇਹ ਬਾਦੋਂ ਚੱਲਣਾ ਤਾਂ ਆਇਆ ਨਾ ਫੇ ਗਾਹਾਂ ਡਾਪ ਲੱਗ ਗਈ ਨਾ ਪਾਣੀ ਦੀ ਫੇ ਰੇਤਾ ਵੀ ਆ ਸਕਦਾ ਰੁੱਖ ਕਰਨਾ ਤਾਂ ਰੇਤਾ ਵੀ ਆ ਸਕਦਾ ਇੱਧਰ ਫੇ ਰੇਤਾ ਵੀ ਆ ਸਕਦਾ ਨਹੀਂ ਰੋਡੀ ਨੂੰ ਰਾਤ ਨੂੰ ਲੋਰਾਂ ਦਵਾ ਕੇ ਲੈ ਹੋਰੀ ਨਵੀਆਂ ਮੈਂ ਕਿਹਾ ਸੈੱਟ ਪੁਰਾਣੀ ਜੀ ਹੈ ਲੋਰ ਵਧੀਆ ਹੈ ਠੀਕ ਨੇ ਸੀ 400 ਦਿੱਤੀ ਪੂਰੀ ਇਹ ਠੀਕ ਆ ਠੀਕ ਆ ਦੇਖ ਤਾਂ ਪਟਨ ਵਾਲੀ ਤਾਂ ਨਹੀਂ ਮੈਂ 300 ਦੀ ਲਿਆ ਦੋ ਕਾਲੀ ਜਿਹੜੀ ਮੈਂ ਪਾਉਂਦਾ ਇਹ ਕਹਿੰਦਾ ਬਾਈ ਪਟਨ ਨਹੀਂ ਹੈਗੀ ਸੂਣਾ 300 ਦੀ ਲਿਆ ਇਹ ਮੋਟੀ ਹੈ ਥੋੜੀ ਜਿਹੀ ਕੱਪੜਾ ਹੋਰ ਹੈ ਨਾਲੇ ਸਿਆਲ ਜੀ ਵੀ ਕੰਮ ਆ ਜੂ ਹਾਂ ਕਿ ਨਹੀਂ ਜੇ ਕਣਾ ਕੰਮ ਕੰਪਰ ਜਾਂਦੇ ਆ ਮੀਂਹ ਗਣੇ ਚ ਜੇ ਕਿਤੇ ਨਹਿਰ ਨੂਰ ਛਾਲਵਾਨ ਨਹੀਂ ਪੈਗੀ ਤਾਰੀ ਦੇ ਕੰਮ ਆ ਜੂਗਾ ਰਾਹ ਟੈਂਪੂ ਗਿਰ ਗਿਆ ਪੂਰੀ ਰਾਤ ਬਾਈ ਅਸੀਂ ਰੋਪੜ ਗਏ ਤੇ ਨਹਿਰ 'ਚ ਟੈਂਪੂ ਗਿਰ ਗਿਆ ਕਹਿੰਦੇ ਤਿੰਨ ਬੰਦੇ ਦੇ ਵਿੱਚ ਹੈ 5-6 ਕਹਿੰਦੇ ਆ 5-6 ਦਾ ਕੱਟ ਮਾਰਦਾ ਕਹਿੰਦੇ ਗੱਡੀ ਵਾਲੇ ਮਿਲੇ ਤਾਂ ਨਹੀਂ ਮਿਲੇ ਨਹੀਂ ਹੈਗੇ ਰਾਤ ਅਸੀਂ ਗਏ ਆ ਉਸ ਤੇ ਕਿਸ਼ਤੀਆਂ ਛੱਡਦੀਆਂ ਪਈਆਂ ਕਿਸ਼ਤੀਆਂ ਮਾਰੋ ਮਾਰ ਘੁੰਮਦੀਆਂ ਰਹੀਆਂ ਉਹ ਕਹਿੰਦਾ ਮੈਂ ਫਿਰ ਮੁੰਡਿਆਂ ਨੂੰ ਪੁੱਛਿਆ ਮੈਂ ਕਿਹਾ ਬਾਈ ਕਿਆ ਚੱਕਰ ਆ ਕਹਿੰਦਾ ਬਾਈ ਘੰਟਾ ਕੁ ਪਹਿਲਾਂ ਟੈਂਪੂ ਕਰਿਆ ਤਾਂ ਵਿੱਚ ਘੰਟੇ ਦੀ ਤਲਾਸ਼ ਕੀਤੀ ਟੈਂਪੂ ਵੀ ਨਹੀਂ ਮਿਲਿਆ ਟੈਂਪੂ ਵੀ ਨਹੀਂ ਮਿਲਿਆ ਟੈਂਪੂ ਵੀ ਡੁੱਬ ਗਿਆ ਨਹਿਰ ਜ਼ਿਆਦਾ ਛੱਡੀ ਹੋਈ ਉੱਪਰ ਤੇ ਹੋ ਗਿਆ ਹਨੇਰਾ ਉਹ ਬੈਟਰੀ ਆ ਕੇ ਲੱਭਦੇ ਤੇ ਘੰਟੇ 'ਚ ਤਾਂ ਬੰਦਾ ਕਿਤੇ ਖਿੱਚ ਲੈਂਦਾ ਪਾਣੀ ਪਾਣੀ ਤੇਜ਼ ਆ ਨਹੀਂ ਪਰ ਇੰਨਾ ਕੁ ਆਪਣੇ ਇਹ ਕੱਚੀ ਆ ਇਹ ਝਿੰਗਾ ਝੁੰਗਾ ਜੇ ਕਿਤੇ ਲਾਗ ਪਾਸ ਫਸ ਵੀ ਜਾਂਦਾ ਬੰਦਾ ਇਹਨੇ ਬਹੁਤੀ ਦੂਰ ਨਹੀਂ ਉਹ ਪੂਰੀ ਆਏ ਨਾ ਜੇ ਤਾਂ ਹੋਏ ਮੁੰਡੇ ਫਿਰ ਤਾਂ ਬੰਦਾ ਹੱਥ ਵਾਲੇ ਮਾਰ ਲੈਂਦਾ ਜੇ ਕੋਈ ਤੀਮੀ ਜਾਂ ਕੁੜੀ ਕਾੜੀ ਹੋਈ ਉਹਨਾਂ ਨੂੰ ਕਿਆ ਪਤਾ ਵਿਚਾਰਿਆਂ ਨੂੰ ਨਹੀਂ ਨਾਲੇ ਇਹਦਾ ਹਿਸਾਬ ਥੋੜੋ ਵੀ ਕਿੰਨੀ ਡੂੰਗੀ ਕਿੱਥੇ ਟੋਆ ਕਿੱਥੇ ਪੱਥਰ ਦੇਖ ਕੀ ਕੰਮ ਮੈਂ ਤਾਂ ਐਂ ਹੈਰਾਨ ਦਾ ਟੈਂਪੂ ਉਹਨੇ ਸਿੱਧੇ ਹੀ ਤਾਰ ਤੈਨੂੰ ਪਤਾ ਹੀ ਨਹੀਂ ਲੱਗਿਆ ਸਾਈਡ ਮਾਰੀ ਨੇ ਗੱਡੀ ਵਾਲੇ ਸਾਈਡ ਮਾਰੀ ਗੱਡੀ ਵਾਲੇ ਨੇ ਉਹ ਲਈ ਜਾਂਦਾ ਤਾਂ ਕਹਿੰਦਾ ਗੱਡੀ ਵਾਲੇ ਨੇ ਸਾਈਡ ਮਾਰੀ ਉਹਦੇ ਬਾਅਦ ਜਦੋਂ ਉਹਦਾ ਹੱਥ ਘੁੰਮ ਗਿਆ ਟੈਂਪੂ ਦਾ ਤੈਨੂੰ ਪਤਾ ਮਾੜਾ ਜੇ ਉੱਤੇ ਜਾਂਦਾ ਨਾਲੇ ਉੱਥੇ ਨੂੰ ਰਸਤਾ ਵੀ ਥੱਲੇ ਉਤਰਨੇ ਦਾ ਕਿੰਨੀ ਥੱਲੇ ਗਿਰਿਆ ਜਾ ਕੇ ਬੱਲੇ 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 ਕਿਆ ਪਤਾ ਵੀ ਛੱਟ ਵੀ ਵੱਜੂ ਟੈਂਪੂ ਵਾਲਾ ਵੀ ਨਹੀਂ ਮਿਲੇ ਹੈਗਾ ਰਾਤ ਆਏ ਆਪਾਂ ਨੇਰੇ ਹੋਏ ਜਦ ਆਪਾਂ ਗਏ ਜਰੇ ਰੋਟੀ ਕੰਮ ਜਾ ਹੋਇਆ ਅਸੀਂ ਲੰਘੇ ਪੁੱਲ ਨੂੰ ਆ ਅਸੀਂ ਗਏ ਦੂਜੀ ਸਾਈਡ ਨੂੰ ਆ ਜਦ ਆਏ ਰੋਟੀ ਕਹਿੰਦਾ ਕਿਸ਼ਤੀਆਂ ਚੱਲਦੀਆਂ ਵਿੱਚ ਜਾਂ ਬੰਦੇ ਨੇ ਪੁੱਛਿਆ ਕਹਿੰਦਾ ਵੀ ਆਏ ਤੇ ਹੋ ਗਿਆ ਨਿਆਣੇ ਵੀ ਪਤਾ ਵਿੱਚ ਬਾਈ ਕੁਛ ਨਹੀਂ ਪਤਾ ਬੰਦੇ ਦੇ ਸਰੀਰ ਦਾ
ਚੱਲਦੇ ਹੀ ਵਧੀਆ ਏ, ਘੜੀ ਚ ਕਿਆ ਹੋ ਜਾਣਾ ਕਿ ਨਹੀਂ ਕੋਈ ਪਤਾ। ਪੂਰੀ ਹੋਰ ਨਾ ਵਧੀਆ ਵਿਹਲੇ ਕਰਤੇ ਰੱਬ ਨੇ ਨਾ, ਮੈਂ ਵਿਹਲਾ ਨਹੀਂ ਆਇਆ ਜਦ ਤੱਕ ਮੇਰੇ ਜੀ ਨਹੀਂ ਲੱਗਦੇ। ਬਾਈ ਭੂਰੀ ਨੂੰ ਐਤ ਕੀ ਪਨੀਰੀ ਵੀ ਹੋ ਗਈ, ਕੱਦੂ ਵੀ ਹੋ ਗਈ, ਲੇਬਰ ਤੰਗ ਕਰਦੀ ਥੋੜੀ ਜੀ, ਲੇਬਰ ਚਲੋ ਕੋਈ ਨਹੀਂ, ਜਿਹੜੇ ਹੁਣ ਕਰ ਲੈਂਦੇ ਹੌਲੀ ਹੌਲੀ ਮਿਲ ਜਾਣੇ। ਕੋਈ ਨਹੀਂ ਭੂਰੀ ਕੇ, ਮੌਸਮ ਠੰਡਾ ਹੀ ਆ ਹੁਣ, ਠੰਡਾ ਦਿਮਾਗ ਹੈ ਪੂਰੀ, ਪਾਣੀ ਹੋ ਮੋਟਰ ਚਲਾਉਣ ਦੀ ਲੋੜ ਤਾਂ ਨਹੀਂ ਹੈਗੀ, ਨਾ ਨਾ ਪੂਰਾ ਮੋਟਰ ਤਾਂ 2 ਘੰਟੇ 'ਚ, ਘੰਟਾ ਡੇਢ ਘੰਟਾ 2 ਘੰਟੇ ਮਸੀ ਚੱਲਦੀ ਹੈ। ਜੇ ਤਾਂ ਪੂਰੀ ਪੈ ਜਾਵੇ ਸਾਰਾ ਦਿਨ ਮੀਂਹ, ਫਿਰ ਤਾਂ ਡੋਲਾ ਤੋਲਾ, ਫਿਰ ਤਾਂ ਡੋਲਾ, ਜਿਹੜਾ ਘੰਟੇ ਵਾਲਾ ਹੈ ਬਾਈਕ ਗੱਲ ਹੈ, ਹੋਰ ਪਾਸੇ ਮੀਂਹ ਬਹੁਤ ਪੈਂਦਾ ਹੈ, ਆਪਣੇ ਬਚਾਓ ਹੈ, ਆਪਣੇ ਇੰਨੇ ਬਚਾਓ। ਇੱਕ ਅੱਜ ਦੇਖੀ ਭਗਵੰਤ ਮਾਨ ਦੀ ਗੱਲ, ਬਾਈ ਮੀਂਹ ਪੈਂਦੇ ਜੀ ਪਾਵਰ ਨਹੀਂ ਭੱਜੀ ਹੈਗੀ। ਇੱਕ ਗੱਲ ਹੋਰ ਆ, ਮੈਂ ਤੁਹਾਨੂੰ ਦੱਸਦਾ ਵੀ ਚੱਲ ਆਪਣੇ ਥੋੜਾ ਪੈ ਗਿਆ, ਹੁਣ ਜਿਨ੍ਹਾਂ ਨੇ ਨਵੀਆਂ ਜੀਰੀਆਂ 24 ਚਲਾਈਆਂ ਉਹ ਜੀਰੀ ਨਹੀਂ ਰਹਿਣੀ ਜੀ ਜ਼ਿਆਦਾ ਪੈ ਜਾਂਦਾ, ਆਏ ਆਏ ਨੂੰ ਦੇਖ ਅੱਜ ਪੈ ਗਿਆ, 2 ਦਿਨ ਧੁੱਪਾਂ ਨਿਕਲ ਜਾਣ, ਗਰਮ ਹੋ ਜਾਣੇ ਤੇ ਗਲ ਜਾਣੀ ਜੇ ਡੁੱਬ ਗਈ। ਹਾਂ ਘੱਟੋ ਘੱਟ 15 ਦਿਨ ਮੀਂਹ ਪੂਰਾ ਨਹੀਂ ਚਾਹੀਦਾ ਪੂਰੀ। ਮੈਂ ਦੇਖਿਆ ਹੁਣ ਸਾਡੀ ਕੱਲ੍ਹ ਲੱਗੀ ਪਈ ਆ, ਹਵਾ ਬਹੁਤ ਤੇਜ਼ ਆਈ ਆ, ਆਏ ਆ ਜਾਂ ਡੱਕੇ ਹਿਲਦੇ ਤੇ ਵਿੱਚ ਦੇ ਡੱਕਾ ਵੀ ਪੱਟ ਹੋ ਜਾਂਦਾ, ਉਹ ਤਾਂ ਨਿਕਲਦਾ ਤਾਜ਼ਾ ਲੱਗਿਆ ਆ, 2 ਦਿਨ 'ਚ ਡੱਕਾ ਕਾਇਮ ਹੋ ਜਾਂਦਾ। ਡੈਡੀ ਦੇ ਕਹਾਣੀ ਕਹਿੰਦਾ ਜੇ ਆਪਾਂ ਪਨੀਰੀ ਬੀਜਦੇ ਆ, 2-3 ਦਿਨ ਤੂੰ ਹੀ ਚੱਲਦੀ ਹੈ, ਉਹੀ ਕੰਮ ਕਹਿੰਦਾ ਡੱਕੇ ਦਾ ਹੈ, 2 ਕੁ ਦਿਨ ਬਾਅਦ ਇਹ ਆਪਣਾ ਹੇਠਾਂ ਮਿੱਟੀ 'ਚ ਮਾੜਾ ਜਿਹਾ ਪੈਰ ਜਿਹਾ ਪਸਾਰਨ ਲੱਗ ਜਾਂਦਾ, ਪਰ ਫਿਰ ਨਹੀਂ ਹਿਲਦਾ, ਤਾਜ਼ਾ ਲੱਗਿਆ ਪਿਆ ਹਿੱਲ ਜਾਂਦਾ, ਜ਼ਿਆਦਾ ਹਨੇਰੀ ਮਾਰ ਲੈਂਦੀ ਹੈ, ਉਹ ਤਾਂ ਹਵਾ ਮਾਰ ਦਿੰਦੀ ਹੈ। ਐਨ ਐਮ ਕਲੋਰੋ ਕਰਕੇ ਗਿਆ ਤਾਂ ਪੰਪ ਨਾਲ, ਕਲੋਰੋ ਸਾਰੇ ਬੂਟਿਆਂ 'ਤੇ ਸਪਰੇਅ ਕਰੀ ਦੀ ਕਲੋਰੋ ਦੀ, ਸੁੰਡ ਪੈ ਗਿਆ ਤਾਂ ਕੀੜਾ ਜਿਹਾ ਲੱਗਿਆ ਹੋਇਆ ਤਾਂ ਮਾੜਾ ਮਾੜਾ ਦੱਗ ਗਈ ਆ, ਨਾ ਕਲੋਰੋ ਤਾਂ ਜ਼ਰੂਰੀ ਆ ਭਾਈ, ਜੋਤੀ ਹੋਇਆ ਪ੍ਰਧਾਨ ਹੋਇਆ, ਇਹਨਾਂ ਨੇ ਪਹਿਲਾਂ ਮੋਰਚਾ ਮਾਰੇਗਾ, ਇਹਨਾਂ ਨੇ ਪਹਿਲਾਂ ਗੱਡੀ, ਇਹ ਵਿਹਲੇ ਹੋਈ ਬੈਠੇ ਪ੍ਰਧਾਨ ਨੇ ਦੇਖ, ਪ੍ਰਧਾਨ ਨੇ ਬੀਜੀ ਦੀ 10 ਨੂੰ ਪਨੀਰੀ, ਜੋਤੀ ਨੇ ਬੀਜੀ ਦੀ 17 ਨੂੰ, ਲਾ ਬਰਾਬਰ ਦਿੱਤੀ, ਲਾ ਬਰਾਬਰ ਹੀ ਦਿੱਤੀ, ਉਹੀ ਕੰਮ ਹੈ, ਆਪਾਂ ਦੋਹਾਂ ਨੇ ਬਰਾਬਰ ਪਨੀਰੀ ਬੀਜੀ, ਮੇਰੀ ਦੇ ਲੈ ਕਿੱਥੇ ਪਹੁੰਚ ਗਈ, ਤੇਰੀ ਲੱਗ ਗਈ ਦੇ, ਹਾਂ ਮੇਰੇ ਵਾਲੀ ਉੱਥੀ ਖੜੀ ਦੇ, ਤੇਰੀ ਉੱਥੀ ਖੜੀ ਹੈ, ਮੇਰੇ ਵਾਲੀ ਹਲੇ ਉਹੀ ਵਧੀ ਜਾਂਦੀ, ਪਤਾ ਨਹੀਂ ਖੇਤ ਦਾ ਫਰਕ ਹੈ ਭਾਈ, ਖੇਤ ਦਾ ਵੀ ਫਰਕ ਕਿ ਨਹੀਂ, ਕੁਦਰਤੀ ਉਹ ਤਿਆਰ, ਪੰਮਾ ਵੀ ਕਹੇ ਕਹਿੰਦਾ ਇੰਨੀ ਛੇਤੀ ਤਿਆਰ ਕਿਵੇਂ ਹੋ ਗਈ, ਮੈਂ ਕਿਹਾ ਬਾਈ ਦੇਖ ਲੈ ਤੇਰੇ ਮੂਹਰੇ, ਖੇਤ ਖੇਤ ਦਾ ਫਰਕ ਹੈ, ਮੇਰੀ ਸਭਾ ਚੌਂਤੀ, ਮੈਂ ਕਹਿੰਦਾ ਅੱਧਾ ਗਿੱਠ ਵੱਢੀ ਹੈ, ਨਹੀਂ 30 ਦਿਨ ਦੀ ਪਨੀਰੀ ਲਾਉਣ ਜੋਗੀ ਹੁੰਦੀ ਪੂਰੀ ਕਿ ਨਹੀਂ, ਮਸੀ ਹੁੰਦੀ ਹੈ। ਚਲੋ ਦੇਖਦੇ ਆ ਬਾਈ ਕਿਆ ਪ੍ਰੋਜੈਕਟ ਚੱਲਦਾ ਹੈ, ਬਾਕੀ ਰਸਤਾ ਖਰਾਬ ਹੋ ਗਿਆ, ਪ੍ਰਧਾਨ ਦੀ ਬਿਜਲੀ ਦੇਖ ਕੇ ਆਉਂਦੇ, ਉਹਨੂੰ ਮੈਂ ਕਿਹਾ ਤਾਂ ਕੱਲ ਗਿਆ ਤਾਂ ਉਹਨੂੰ, ਮੈਂ ਹਾਂ ਜਿਰੀ ਦੇਖ ਕੇ ਆਉਂਦੀ, ਡੱਕੇ ਦੇਖ ਕੇ ਆਉਣੇ ਕਿੰਨੇ ਹੋ ਗਏ, ਚੱਲ ਫਿਰ ਅੱਜ ਗੇੜਾ ਵੱਜੇ ਜਾਵੇ ਉੱਧਰ ਪ੍ਰਧਾਨ ਦੇ ਖੇਤਾਂ ਕਹਿੰਦੇ ਵੀ, ਚੱਕ ਮੋਟਰਸਾਈਕਲ ਚੱਕ ਪੂਰੀ, ਇੱਕ ਨਹੀਂ ਚੱਲਦੇ ਤੁਰ ਕੇ ਮੋਟਰਸਾਈਕਲ ਠੀਕ ਖੜਾ ਦੇ, ਨਹੀਂ ਉਹ ਆ ਤਾਂ ਹੈਗਾ ਉੱਥੇ ਪਹੀ ਦਾ ਬੁਰਾ ਹਾਲ ਆ, ਹਾਂ ਰੋਟੀ ਕੀ ਕਹਿੰਦਾ ਜਾਣਾ ਹੈ, ਇਹੋ ਜਿਹਾ ਮੀਂਹ 'ਚ ਕਿੱਥੇ ਜਾਣਾ, ਤੇ ਨਰਾਇਣਗੜ੍ਹ ਜਾਣਾ ਹੈ, ਰੋਟੀ ਤੈਨੂੰ ਨਵਾਂ CT 100 ਦਿੱਤਾ ਚਲਾਉਣ ਨੂੰ, ਗੇਅਰ ਨਾ ਦੇ ਇੱਧਰ ਚਿੱਕਣੀ ਮਿੱਟੀ ਹੈ, ਪੂਰੀ ਇੱਧਰ ਮੀਂਹ ਸ਼ੋਅ ਘੱਟ ਹੁੰਦਾ, ਉਹ ਇੱਧਰ ਆ ਰੇਤਲੀ ਜੀ, ਉਹ ਸਾਰ ਨਵੀਂ ਮਿੱਟੀ ਪਾਈ ਤੀ, ਇਹਦੀ ਚਲਾਈ ਘੱਟ ਰੇਟਰਾਂ ਦੀ, ਇਹਦੇ ਨੂੰ ਆਪਣੇ ਮੰਡ ਕਰਕੇ ਜ਼ਿਆਦਾ, ਆਪਣੇ ਜੀ ਹੈ ਨਹੀਂ ਬਈ ਬੂਟਾ ਹੀ ਆ ਤਾਂ ਕਰਕੇ ਟਰੈਕਟਰ ਘੱਟ ਆਉਂਦੇ ਆ, ਇੱਧਰ 5-6 ਜਣਿਆਂ ਦੀ ਉਹ ਆ, ਤੁਰਿਆ ਨੀ ਹੈਗਾ ਉੱਕਣਾ ਜਿਹੜਾ, ਤੁਰਨਾ ਚਾਹੀਦਾ, ਬਾਕੀ ਆਏ ਆ ਭਾਈ ਹੁਣ
ਲਗਾਤਾਰ ਇਹਨੂੰ ਜੇ ਪਾਣੀ ਚੱਲਣਾ ਕਵਰੇ ਡਾਇਆ ਯੂਰੀਆ ਜ਼ਿੰਕ ਸਲਫਰ ਬੂਟਰ ਨਾ ਨਾ ਡਾਇਆ ਮੈਂ ਦੇਗਾ ਪਾਏ ਨਾ ਨਾ ਤੂੰ ਆਉਣਾ ਵੀ ਹੈ ਪਿੱਛੇ ਦੇ ਤੇ ਉਹ ਵੀ ਲੱਗਣਾ ਹੈ ਟੋਬੇ ਵਾਲਾ ਪਾਣੀ ਫੇਰ ਦੇਖੀ ਆਏ ਹੁੰਦਾ ਨਾ ਜਿਹੜੇ ਖੇਤ ਚ ਪਹਿਲਾਂ ਗੰਨਾ ਲੱਗਿਆ ਹੋਵੇ ਉੱਥੇ ਸਾਹ ਦੁਬਾਰੇ ਨਹੀਂ ਤੁਰਦਾ ਇਹ ਤਾਂ ਹੈ ਦੁਬਾਰੇ ਘੱਟੋ ਘੱਟ 3 ਸਾਲ ਦਾ 2 ਸਾਲ ਦਾ ਗੈਪ ਚਾਹੀਦਾ ਲੋ ਜੀ ਭਾਈ ਪੂਰੀ ਕਿਆ ਕਹੂਗਾ ਪ੍ਰਧਾਨ ਪ੍ਰਧਾਨ ਗਾਲਾਂ ਕੱਢੂਗਾ ਇਹਦਾ ਪਿੱਛੇ ਤੇ ਜਾਏ ਕਿੰਨਾ ਬੁੱਝਾ ਕਰ ਲਿਆ ਵਿੱਚ ਵਿੱਚ ਘੱਟ ਆ ਨਾ ਇਹ ਕਿਤੇ ਕਿਤੇ ਤਲੀ ਤੁਲੀ ਰਹਿ ਜਾਂਦੀ ਆ ਰੇਹ ਘੱਟ ਵੱਧ ਮੁੱਠੀ ਗਿਰ ਜਾਂਦਾ ਹਵਾ ਚੌਂਤੀ ਦਿਖਾ ਤੂੰ ਜਿਹੜੀ ਲਾਈ ਵੀ ਆ ਹਵਾ ਚੌਂਤੀ ਦੇਖਣੀ ਅਸੀਂ ਕਿਸੇ ਜੀ ਇੱਧਰ ਹਵਾ ਚੌਂਤੀ ਹੋਣੀ ਨਾ ਅੰਬਿਆਂ ਨੂੰ ਵੀ ਦੇਖ ਲਓ ਉੱਪਰ ਖਬਰੇ ਮੂੰਹ ਮਿੱਠਾ ਹੀ ਹੋ ਜਾਵੇ ਅੰਬ ਕਹਿੰਦੀ ਨਿਗਾ ਮਾਰ ਕੇ ਅੰਬ ਇੰਨੇ ਪੱਕਿਆ ਨਹੀਂ ਹੈਗਾ ਅੰਬੀਆਂ ਖਾਧੀ ਆ ਛੱਬੀ ਆ ਬਾਈ ਪ੍ਰਧਾਨ ਦੀ ਲੈ ਬਾਈ ਹਵਾ ਚੌਂਤੀ ਆ ਹਜੇ ਪੂਰੀ ਨਾ ਹਵਾ ਚੌਂਤੀ ਵੀ ਠੀਕ ਹੈ ਬਾਈ ਪ੍ਰਧਾਨ ਵਾਲੀ ਜੀਰੀ ਦੇ ਹੋਊਗੇ ਚਾਰ ਚਾਰ ਪੰਜ ਪੰਜ ਲੱਗੇ ਚਾਰ ਤਾਂ ਹਰੇਕ ਦੇ ਹੀ ਹੋਵੇ ਪੂਰੀ ਹੁਣ ਸਮਝ ਲਓ ਬੁੱਝਾ ਮਾਰ ਰਹੀ ਹੈ ਇਹਦਾ ਫੁੱਲ ਹਰਿਆਈ ਹੋ ਗਈ ਖੇਤ ਮਾ ਬਾਈ ਦੇਖੋ ਹਰੇ ਭਰੇ ਹੋ ਗਏ ਠੀਕ ਆ ਬਾਈ ਚੱਲੀਏ ਚਲੋ ਪੂਰੀ ਆਇਆ ਬਾਈ ਜਨਰੇਟਰ ਲੈ ਕੇ ਮੋਟਰ ਪਰ ਪਨੀਰੀ ਪੱਟਣੀ ਦੀ ਸਾਹਮਣੇ ਲਾਈਟ ਭੱਜ ਗਈ ਬੰਦੇ ਕਹਿੰਦੇ ਪਨੀਰੀ 'ਚ ਪਾਣੀ ਘੱਟ ਹੈ ਤਾਂ ਕਰਕੇ ਮੋਟਰ ਚਲਾਉਣੀ ਪੈਣੀ ਆ ਬਾਈ ਇਹ ਮਿਲ ਗਏ ਬਾਈ ਪੂਰੀ ਨੂੰ ਛੱਬੀ ਪੁੱਟਣ ਵਾਸਤੇ ਆਟੋਮੈਟਿਕ ਲਾਇਆ ਕਿਉਂ ਤਾਰਾਂ ਗੇਅਰ ਹੀ ਤਾਂ ਪਾਇਆ ਹੈ ਨਹੀਂ ਪੂਰੀ ਆਹ ਕੰਮ ਲੋਟੋ ਸਾਡੇ ਵਾਲਾ ਕੁੰਡੀ ਵਾਲਾ ਬਸ ਆਟੋਮੈਟਿਕ ਲਾਇਆ ਤਾ ਚੱਲ ਫਿਰ ਤੂੰ ਚੱਕਰ ਹੈ ਚੱਲ ਪਿਆ ਨਹੀਂ ਨਹੀਂ ਚੱਲ ਵੀ ਚੱਲ ਵੀ ਚੱਲ ਵੀ ਦੇਖਦਾ ਚੱਲ ਬਾਹਰ ਪਾਣੀ ਵੀ ਦੇਖਦਾ ਹਾਂ ਹਾਂ ਚੱਲ ਵੀ ਕਿੰਨੇ ਚੱਕਰਾਂ ਵਿੱਚ ਚੱਲਿਆ ਬਾਈ ਪੂਰੀ ਦੇ ਵੀ ਲੇਬਰ ਆ ਗਈ ਲਓ ਜੀ ਕੰਮ ਕਹਿੰਦੇ ਉਹੀ ਹੋ ਗਿਆ ਪੂਰੀ ਨੇ ਜਨਰੇਟਰ ਲਾ ਤਾ ਉੱਧਰ ਲਾਈਟ ਵੀ ਆ ਗਈ ਦਕੰਮੜ ਛਿੜ ਗਿਆ ਆ ਨਾਲੇ ਆ ਗਈ ਪੂਰੀ ਲਾਈਟ ਕਹਿੰਦੇ ਆ ਗਈ ਲਾਈਟ ਚੱਲਦੇ ਕੰਮ 'ਚ ਲਾਈਟ ਵੀ ਆ ਗਈ ਉਹ ਦੇਖੋ ਬਾਈ ਉਹ ਬਲਦਾ ਵੱਲਬ